ਇਫ ਟੈਨ ਥੀਟਾ ਪਲੱਸ ਕੋਟ ਥੀਟਾ ਇਕੁਅਲ ਟੂ ਟੂ, ਦੈਨ ਪੁਆਇੰਟ ਦੀ ਵੈਲਿਊ ਆਫ ਟੈਨ ਦੀ ਪਾਵਰ 100 ਪਲੱਸ ਕੋਟ ਦੀ ਪਾਵਰ 100। ਦੇਖੋ ਗਿਵਨ ਕੀ ਹੈ, ਟੈਨ ਥੀਟਾ ਪਲੱਸ ਕੋਟ ਥੀਟਾ ਇਕੁਅਲ ਟੂ ਟੂ। ਟੈਨ ਥੀਟਾ ਪਲੱਸ ਕੋਟ ਨੂੰ ਤੁਸੀਂ ਕੀ ਲਿਖ ਲਓ, 1/tan θ ਇਕੁਅਲ ਟੂ ਟੂ। ਦੇਖੋ ਐਲਸੀਅਮ, ਟੇਕਿੰਗ ਐਲਸੀਅਮ 1 ਅਤੇ ਟੈਨ ਥੀਟਾ ਦਾ ਐਲਸੀਅਮ ਟੈਨ ਥੀਟਾ, ਆਪਸ 'ਚ ਮਲਟੀਪਲਾਈ ਕਰਕੇ ਇਹਨਾਂ ਦੀ ਕਰੋਸ ਮਲਟੀਪਲਾਈ ਕਰਦਾ ਕਰੋ। ਟੈਨ ਥੀਟਾ ਦੀ ਟੈਨ ਥੀਟਾ ਨਾਲ ਮਲਟੀਪਲਾਈ ਕਰੋਗੇ ਟੈਨ ਸਕੇ ਥੀਟਾ, ਪਲੱਸ ਦਾ ਸਾਈਨ 1 ਦੀ 1 ਨਾਲ ਮਲਟੀਪਲਾਈ ਕਰੋਗੇ 1 ਇਕੁਅਲ ਟੂ ਟੂ। ਦੇਖੋ ਟੈਨ ਥੀਟਾ ਇੱਧਰ ਡਿਵਾਈਡ 'ਚ ਇੱਧਰ ਆ ਕੇ ਕਰਿਓ ਮਲਟੀਪਲਾਈ, ਟੈਨ ਸਕੇ ਥੀਟਾ ਪਲੱਸ 1 ਇਕੁਅਲ ਟੂ ਟੂ ਟੈਨ ਥੀਟਾ, ਪਲੱਸ ਦਾ 2 ਟੈਨ ਥੀਟਾ ਰਾਈਟ ਹੈਂਡ ਸਾਈਡ 'ਚ ਜਾ ਕੇ, ਲੈਫਟ ਹੈਂਡ ਸਾਈਡ 'ਚ ਜਾ ਕੇ ਕੀ ਬਣ ਜੂਗਾ, ਨੈਗੇਟਿਵ। ਇਹ ਤੁਹਾਡੀ ਆਈਡੈਂਟੀ ਬਣੀ ਜਾਂਦੀ ਹੈ, ਟੈਨ ਦੀ ਸਕੇਅਰ ਪਲੱਸ 1 ਦੀ ਸਕੇਅਰ ਮਾਈਨਸ 2 ਇੰਟੂ ਟੈਨ ਥੀਟਾ ਇੰਟੂ 1, ਟੈਨ ਥੀਟਾ ਮਾਈਨਸ 1 ਦੀ ਹੋਲ ਸਕੇਅਰ। ਟੈਨ ਥੀਟਾ ਮਾਈਨਸ 1 ਦੀ ਹੋਲ ਸਕੇਅਰ ਇਕੁਅਲ ਟੂ 0, ਤਾਂ ਟੈਨ ਥੀਟਾ ਮਾਈਨਸ 1 ਇਕੁਅਲ ਟੂ 0 ਹੋ ਜੂਗਾ, ਟੈਨ ਥੀਟਾ ਇਕੁਅਲ ਟੂ 1। ਦੇਖੋ ਤੁਸੀਂ ਵੈਲਿਊ ਕਿੰਨੀ ਫਾਇੰਡ ਕਰਨੀ ਹੈ, ਟੈਨ ਦੀ ਪਾਵਰ 100 ਪਲੱਸ ਕੋਟ ਥੀਟਾ ਦੀ ਪਾਵਰ 100। ਟੈਨ ਥੀਟਾ 1 ਹੈ, 1 ਦੀ ਪਾਵਰ 100 ਪਲੱਸ ਕੋਟ ਨੂੰ ਤੁਸੀਂ ਕੀ ਲਿਖ ਸਕਦੇ, 1/tan ਥੀਟਾ ਦੀ ਹੋਲ ਪਾਵਰ 100। ਦੇਖੋ ਟੈਨ ਥੀਟਾ 1 ਆਇਆ, 1 ਦੀ ਪਾਵਰ 100 1 ਹੋ ਜੂਗਾ, ਪਲੱਸ 1 ਅਪੋਨ, ਇੱਥੇ ਵੀ ਟੈਨ ਥੀਟਾ ਦੀ ਵੈਲਿਊ 1 ਪੁੱਟ ਕਰ ਦਾਂਗੇ, 1 ਦੀ ਪਾਵਰ 100 1 ਹੋ ਜੂਗਾ। 1/1 1, 1 ਪਲੱਸ 1 ਕਹਿੰਦੇ ਇਕੁਅਲ ਆ ਗਿਆ 2 ਦੇ, ਇਹਦੀ ਵੈਲਿਊ ਕਹਿੰਦੇ ਇਕੁਅਲ ਹੋ ਗਈ 2 ਦੇ। ਕਲੀਅਰ।